ਤੇ ਜਾਂ ਫਿਰ ਤਿਆਰ ਕਿ ਹੋ ਸਕਦਾ ਹੈ ਤੌਹੀਦ ਤੇ ਕੋਸ਼ਿਸ਼ ਹੋ। ਅੱਲਾਹ ਪਾਕ ਜ਼ਬਾਨਾਂ ਦਿੱਤੀਆਂ ਨੂੰ ਬੰਦਾ ਸੋਹਣਾ ਲੱਗਦਾ ਹੈ ਸ਼ਹਿਨਸ਼ਾਹ ਦੇ ਜ਼ਿਕਰ ਚ ਬੋਲਦਾ। ਹਾਂ ਸੱਚਿਆਂ ਦਾ ਜ਼ਿਕਰ ਤੇ ਗਾਜ਼ੀ ਦੇ ਪਾਰ ਹੈ। ਜਿਹੜਾ ਬੰਦਾ ਨਹੀਂ ਬੋਲ ਸਕਦਾ ਹਜ਼ਰਤ ਮੀਸਮ ਇਕਤਮਾਰ ਕੋਲੋਂ ਜ਼ਬਾਨ ਉਧਾਰੀ ਮੰਗੇ ਅਲੀ ਦੇ ਜ਼ਿਕਰ ਚ ਬੋਲੇ। ਕੂਫੇ ਦਾ ਚਾਉ ਇਮਾਮ ਮੁਤਕੀਆਂ ਗੁਜ਼ਰ ਰਹੇ। ਦੇਖੋ ਇਹ ਸਿਰਫ ਮਜਲਿਸ ਨਹੀਂ ਇਹ ਦਰਸ ਹੁਸੈਨ ਇੱਥੋਂ ਕੁਛ ਹੈ ਹਾਸਲ। ਇਮਾਮ ਮੁਤਕੀਆਂ ਗੁਜ਼ਰ ਰਹੇ ਮਸਜਿਦ ਦੀ ਦੀਵਾਰ ਦੇ ਨਾਲ ਇੱਕ ਬੰਦਾ ਖਲੋਤਾ ਹੈ ਫਜ਼ੂਲ ਗੱਲਾਂ ਪਿਆ ਕਰਦਾ ਹੈ ਤੇ ਪਾਇਦਾ ਬੰਦੇ ਹੱਸਦੇ। ਹਕੀਮ ਦਾ ਫੇਲ ਹਿੰਮਤ ਤੋਂ ਖਾਲੀ ਨਹੀਂ ਹੁੰਦਾ। ਸ਼ਹਿਨਸ਼ਾਹ ਨੇ ਇਸ਼ਾਰਾ ਕੀਤਾ ਤੇ ਫਰਮਾਇਆ ਉਦੋਂ ਮੈਨੂੰ ਮੇਰੇ ਕਰੀਬ ਮੇਰੇ ਨੇੜੇ ਹੋ। ਸ਼ਹਿਨਸ਼ਾਹ ਦੇ ਲਫ਼ਜ਼ ਮੁੱਕੇ ਨਹੀਂ ਬੰਦਾ ਟੁੱਟ ਪਿਆ ਮੇਰੇ ਬਾਦਸ਼ਾਹ। ਇਨਸਾਨ ਹੈ ਕਦੀ ਅਲੀ ਪਹਾੜ ਨੂੰ ਆਦੇ ਲੋ ਵੀ ਆਪਣੀ ਜਗ੍ਹਾ ਛੋੜ ਦੇ। ਬੰਦਾ ਕਰੀ ਬਾਤ ਕਿਆ ਬਾਤ ਹੈ ਤੁਹਾਡੇ ਸਮਝਾਉਣ। ਸ਼ਹਿਨਸ਼ਾਹ ਫਰਮਾਇਦੇ ਨੇ ਕਿਤਨਾ ਬਿਹਤਰ ਹੈ ਇਹ ਵਕਤ ਮੁੜ ਕੇ ਤੇਰੀ ਜ਼ਿੰਦਗੀ ਚ ਨਹੀਂ ਆਉਣਾ। ਕਿਤਨਾ ਸੋਹਣਾ ਆਈ ਮਸਜਿਦ ਨਾਲ ਆਈ ਤੂੰ ਕੁਰਾਨ ਪੜਿਆ ਉਸਨੂੰ ਪਤਾ ਨਹੀਂ ਕਿ ਮੈਨੂੰ ਫਰਮਾਉਣ ਵਾਲਾ ਲਗਾ ਬਈ ਬੜਾ ਸੋਚਿਆ ਮੈਂ ਬੰਦਾ ਪਾਣੀ ਕੇ ਮਧਾਣੀ ਮਾਰੇ ਪਿਛਾਰੀ ਮੱਛੀ ਬੁਕਰ ਦੀ ਜਾਇਆ ਕਰਨੀ ਸਤਰ ਸੁਣੋ ਕਲੇ ਦੇ ਠਰ। ਸ਼ਹਿਨਸ਼ਾਹ ਫਰਮਾਉਂਦੇ ਨੇ ਕਿਤਨਾ ਬਿਹਤਰ ਆਈ ਜੋ ਮਸਜਿਦ ਵਿੱਚ ਬਹਿ ਕੇ ਤੂੰ ਕੁਰਾਨ ਪੜਦਾ। ਉਸਨੇ ਨਹੀਂ ਪਤਾ ਕਿ ਮੈਂ ਫਰਮਾਵਾਂ ਵਾਲਾ ਉਸ ਆਖਿਆ ਜਿਹੜਾ ਸੋਹਣਾ ਹੈ ਗੱਲ ਹੀ ਸੋਹਣੀ ਕੀਤੀ ਜਿਹੜਾ ਸੋਹਣਾ ਹੈ ਗੱਲ ਹੀ ਸੋਹਣੀ ਕੀਤੀ। ਕਾਸ਼ ਮੈਂ ਕੁਰਾਨ ਪੜ੍ਹਿਆ ਹੁੰਦਾ ਇੱਕ ਸੈਕਿੰਡ ਨੂੰ ਲੱਗਦਾ ਮੈਂ ਤੇਰੇ ਹੁਕਮ ਦੀ ਤਾਮੀਲ ਕਰ। ਬਾਦਸ਼ਾਹ ਮੁਸਕਰਾ ਕੇ ਫਿਰ ਮੇਰੇ ਰਸ਼ ਆਈ ਬੰਦੇ ਇਕੱਠੇ ਹੋਣੇ ਸ਼ੁਰੂ ਹੋ ਗਏ ਚੌਕ ਚੋ ਕਿ ਮੌਲਾ ਨੇ ਕੋਈ ਗੱਲ ਕਰ ਭਾਵੇਂ ਦਿਲੋਂ ਨਾ ਮੰਨਦੇ ਲੇਕਿਨ ਪਤਾ ਆਈ ਜੋ ਹੱਕ ਦਾ ਹੈ ਨਾ ਮੌਲਾ ਦੇ ਕਰੀ ਕੋ। ਸ਼ਹਿਨਸ਼ਾਹ ਫਰਮਾਇਆ ਕੀ ਆਖੀ ਸਖਿਆ ਕਾਸ਼ ਮੈਂ ਕੁਰਾਨ ਪੜ੍ਹਿਆ ਹੁੰਦਾ ਮੈਂ ਤੁਹਾਡੇ ਹੁਕਮ ਦੀ ਤਾਮੀਲ। ਅਲੀ ਫਰਮਾਇਆ ਮੇਰੇ ਸ਼ੌਕ ਰੱਖਦਾ ਹੈ ਕੁਰਾਨ ਪੜ੍ਹਨ ਦਾ ਜਿਹੜੇ ਬੰਦੇ ਬੋਲ ਸਕਦੇ ਹੋ ਜ਼ਰੂਰ ਬੋਲਿਆ। ਸ਼ੌਕ 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 ਰੱਖਦਾ ਕੁਰਾਨ ਪੜ੍ਹਨ ਦਾ ਸਮਝ ਰੱਖਦਾ ਫਿਰ ਮੈਂ ਤੇਰੇ ਸੱਜਾ ਹੱਥ ਪਾ ਉਸ ਬੰਦੇ ਸੱਜਾ ਹੱਥ ਪਾਇਆ। ਅਲੀ ਬਾਦਸ਼ਾਹ ਨੇ ਆਪਣਾ ਸੱਜਾ ਹੱਥ ਉਹਦੇ ਹੱਥ 'ਚ ਰੱਖਿਆ। ਅਲੀ ਹੱਥ ਜੋ ਚਾਹੇ ਤੇਰੀ ਇੱਜ਼ਤ ਦੀ ਕਸਮ ਹੈ ਹੁਕਮ ਤਾਂ ਕਰ ਜਾ ਸਹੀ ਪੜ੍ਹਾਂ ਮੁਕੰਮਲ ਪੜ੍ਹਾਂ ਅਲਹਮਦ ਪੜ੍ਹਾਂ ਬੰਦ ਖੁਸ਼ ਨਸੀਬ ਹੈ ਲੱਖਾਂ ਪਤੀਆਂ ਹੋਵੇ ਕਰੋੜਾਂ ਪਤੀਆਂ ਹੋਵੇ ਅਰਬ ਪਤੀ ਹੋਵੇ ਖਰਬ ਪਤੀ ਹੋਵੇ ਰੱਜ ਕੇ ਖੂਬਸੂਰਤ ਹੋਵੇ 5 ਕਰੋੜ ਦੀ ਗੱਡੀ 'ਚ ਬੈਠਾ ਹੋਵੇ ਜ਼ੁਬਾਨ ਤੋਂ ਗੁੰਗਾ ਹੋਵੇ ਸਾਈਕਲ 'ਤੇ ਜਾਣ ਵਾਲਾ ਬੰਦਾ ਤੈਨੂੰ ਸਲਾਮ ਕਰੇ 5 ਕਰੋੜ ਦੀ ਗੱਡੀ 'ਚ ਬੈਠ ਕੇ ਰਹਿ ਰਹਿ ਕਰੇ ਕਿੱਥੇ ਕਹੀ ਦੌਲਤ
جتنا ہے تو خوش نصیب انسان اللہ تن اشرف المخلوقات بنا کے خوبصورت ترین انسان بنا کے اللہ تن علی جیسا امام بنا کتاب کا نام ہے نجم سرات خطبہ امیر المومنین کا قصیدے دے رنگ وچ پڑھنا یاد رکھو بڑے کلیجے والے بندے بولنا ہے کمزور دل بندے اس قصیدے تے نہیں بولنا گل سمجھ گئے زندہ تو عیسیٰ جی جویں اللہ ہکے انجے علی ہکے اللہ نے نائب عشق بنایا علی نو ناظم کائنات عشق بنایا کہ جویں اللہ ادا کرتا ہے علی انجے ادا مولا نا انصاف کر دے لو جی سنن دے موڈے کہ ہو تو قصیدہ پڑھیے وارث ممبر سنونی ممبر تے بہ گئے کوفے دے لوگاں نے جڑی گل کیتی وہ قصیدہ پڑھی صلوات با جماعت میں شیئر کرنا چاہتا ہوں
امیر المومنین بارگاہ توحید وچ عرض کرن دے مالک میں اس واسطے تیری عبادت نہیں کرتا جو تو میں حسنین جیسے پتر عطا کر. مجلس کا کوئی معیار ہوتا ہے؟ غیر مذہب کے لوگ سنن پتہ لگے جو کہڑے شہنشاہ کی تعریف ہے. مالک میں اس بات سے تیری عبادت نہیں کرتا جو تم نے ملکہ تطہیر جیسی خاتون عطا کی. مالک میں اس بات سے تیری عبادت نہیں کرتا جو تم نے کائنات کا مشکل کشا بنی. علی عرض کریں گے اس واسطے میں تیری عبادت کرتا تو عبادت دے لائے. مخدوم نزاکت شاہ جی تے قرآن ہے قرآن سمجھ کے سختے تھے جڑے اختیارات اللہ پاک نے مولا علی نے دیتے ہیں نہ میں لکا سکتا تے نہ مولوی لکا سکتا. عظیم مجمع ہے نہ میں رکا سکتا نہ اور بھی رکا سکتا. علی ممبر پہ کھڑے ہو گئے ہیں کمزور دل بندے نہیں بول رہا دلیر بندے بول رہے عقیدے والے بندے بول رہے ممبر پہ کھڑے ہو گئے کوفے دے لوگوں نے بلا کے جدہ کٹ ہو گئے نہ کٹ علی کھڑے ہو گئے تے لوگوں نے بلا کے فرمانے ہیں کہڑی گل سن لو وہ جس نے عرش بنایا وہ مہی تھا. دکھا دی دوا مل ویسیا
صبح شام ورد علی ਜਾ ਵਿਚਾਰ
اور توحید کو اس گھر کی وفا یاد رہے گی۔